ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਸ਼ੈਲਰ ਮਾਲਕਾਂ ਵੱਲੋਂ ਵੱਧ ਕਣਕ ਤੋਲਣ ਦਾ ਤੇ ਕਿਸਾਨਾਂ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਜਦੋਂ ਤੁਲ ਚੁੱਕੀ ਕਣਕ ਦੀ ਬੋਰੀਆਂ ਨੂੰ ਮੁੜ ਕੱਢਿਆ ਤੇ ਕਿਸਾਨਾਂ ਨੇ ਖੁਦ ਹੀ ਤੋਲ ਕੇ ਵੇਖਿਆ ਤਾਂ ਹਰੇਕ ਕਣਕ ਦੀ ਬੋਰੀ ਵਿੱਚ ਕਣਕ ਵੱਧ ਮਿਲੀ। ਪੀੜਿਤ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਪਾਸੇ ਕੁਦਰਤ ਦੀ ਮਾਰ ਸਹਿਣੀ ਪੈਂਦੀ ਹੈ ਤੇ ਦੂਜੇ ਪਾਸੇ ਇਹਨਾਂ ਮੰਡੀਆਂ ਵਿੱਚ ਹੈਰਾਨ ਪਰੇਸ਼ਾਨ ਹੋਣਾ ਪੈਂਦਾ ਹੈ। ਮੇਰਾ ਨਾਂ ਜੀ ਗੁਰਕੀਰਤ ਸਿੰਘ ਅਤੇ ਮੈਂ ਪਿੰਡ ਤਖਤ ਮਲਾਣਾ ਦਾ ਰਹਿਣ ਵਾਲਾ ਅਤੇ ਸੇਠ ਹੈਗੇ ਮੰਡੀ ਦੇ ਬਰੀ ਵਾਲਾ ਮੰਡੀ ਦੇ ਤਰਲੋਕ ਸਿੰਘ ਕੇ ਅਤੇ ਅਸੀਂ ਐਤਕੀ ਕਣਕ ਵੇਚੀ ਆ ਉਹਨਾਂ ਦੇ ਪਿੰਡ ਦਾ ਸਾਡੇ ਬੰਦਾ ਅਤੇ ਉਹਦੀ ਕਣਕ ਉਹਨਾਂ ਨੇ ਵੱਧ ਤੋਲਤੀ ਵੀ ਕੋਈ ਕਿਲੋ ਕਹਿੰਦਾ ਵੀ ਵੱਧ ਤੋਲੀ ਆ ਅਤੇ ਅਸੀਂ ਆਖਿਆ ਵੀ ਅਸੀਂ ਵੀ ਤੋਲਿਆ ਜੀ ਸਾਡੀ ਉਹਦੇ ਗੱਟੇ ਉੱਥੇ ਤੋਲੇ ਪਏ ਸੀਗੇ ਅਤੇ ਫਿਰ ਅਸੀਂ ਜਾ ਕੇ ਜਦੋਂ ਤੋਲੇ ਸਾਰੇ ਗੱਟਿਆਂ ਦੇ ਵਿੱਚ ਕਿਸੇ 500 ਕਿਸੇ 600 ਗ੍ਰਾਮ ਸਾਰਿਆਂ 'ਚ ਵੱਧ 1300 ਗੱਟਾ ਤੋਲਿਆ ਜੀ 1300 ਗੱਟੇ 'ਚ ਹਰ ਦੇ ਹਿਸਾਬ ਨਾਲ ਵੇਖ ਲਓ ਵੀ ਤੁਸੀਂ 600 ਗ੍ਰਾਮ ਹਰ ਗੱਟੇ ਦੇ ਵਿੱਚ ਵੱਧ ਤੋਲਿਆ ਗਿਆ ਸਾਡਾ ਸ਼ੈਲਰ ਦੇ ਵਿੱਚ ਉਹਨੇ ਕਣਕ ਤੋਲੀ ਸਾਡੀ ਅਤੇ ਅਸੀਂ ਕੰਡੇ ਦੇ ਨਾਲ ਹਰ ਇੱਕ ਗੱਟੇ ਇਕੱਲਾ ਇਕੱਲਾ ਘੱਟੋ ਘੱਟ ਅਸੀਂ 30-35 ਗੱਟੇ ਤੋਲੇ ਉੱਥੇ ਕਣਕ ਦੇ ਅਤੇ ਸਾਰਿਆਂ ਦੀ ਪ੍ਰੋਪਰ ਹਰ ਇੱਕ ਗੱਟੇ ਦੀ ਨਾਲ ਪ੍ਰੋਪਰ ਵੀਡੀਓ ਬਣਾਈ ਹੈ ਵੀ ਕਿੰਨੇ ਕਿਲੋ ਕਿੰਨਾ ਵੱਧ ਆ ਕਿੰਨਾ ਨਹੀਂ ਸਾਨੂੰ ਜੀ ਘੱਟੋ ਘੱਟ ਹੋ ਗਏ 20-21 ਸਾਲ ਹੋ ਗਏ ਵੀ ਅਸੀਂ ਦੋਨੇ ਝੋਨਾ ਅਤੇ ਕਣਕ ਇਹਨਾਂ ਦੇ ਵਿੱਚ ਹੀ ਕਣਕ ਦਾ ਵੀ ਕੋਈ 15-20 ਹਜ਼ਾਰ ਰੁਪਈਆ ਅਤੇ ਝੋਨੇ ਦਾ ਵੀ ਕੋਈ ਝੋਨੇ ਦਾ ਜ਼ਿਆਦਾ ਹੁੰਦਾ ਝੋਨਾ ਕੋਈ 30 ਹਜ਼ਾਰ ਰੁਪਈਆ ਉੱਥੇ ਵੀ ਹਿਸਾਬ ਲਾ ਲਓ ਵੀ 50 ਹਜ਼ਾਰ ਰੁਪਈਆ ਤਾਂ ਮਤਲਬ ਇੱਕ ਸਾਲ ਦਾ ਤਾਂ ਮਾਮੂਲੀ ਗੱਲ ਆ ਵੀ ਜਿਹੜਾ ਸਾਡੇ ਨਾਲ ਵੱਧ ਇਹਨਾਂ ਨੇ ਤੋਲਿਆ ਗਾ 40 ਫਸਲਾਂ ਵੇਚੀਆਂ ਸੀ 10-11 ਲੱਖ ਰੁਪਈਆ ਕੋਈ 12 ਲੱਖ ਰੁਪਈਆ ਬਣਦਾ ਹੀ ਆ ਸਾਡਾ ਅਤੇ ਇੰਨੀ ਇਹਨਾਂ ਨੇ ਬੇਈਮਾਨੀ ਸਾਡੇ ਨਾਲ ਕਰਦੇ ਰਹੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੀਦੀ ਕਈ ਬੰਦੇ ਇਹ ਵੀ ਜਿਹੜੇ ਨੁਕਸਾਨ ਲੈ ਕੇ ਚੁੱਪ ਕਰ ਜਾਂਦੇ ਆ ਅਤੇ ਕਈ ਹੁਣ ਵੀ ਹੁਣ ਸਾਨੂੰ ਤਾਂ ਇਹ ਮੰਗ ਆ ਵੀ ਸਾਡਾ ਨੁਕਸਾਨ ਵੀ ਭਰਿਆ ਜਾਵੇ ਅਤੇ ਸਾਡੇ ਇਹਨਾਂ ਨੂੰ ਕੁਛ ਪਤਾ ਵੀ ਲੱਗੇ ਵੀ ਇਹ ਜੋ ਇਹ ਬੇਈਮਾਨੀ ਲੋਕ ਜ਼ਿਮੀਂਦਾਰਾਂ ਨਾਲ ਕਰਦੇ ਜੀ ਥੈਂਕ ਯੂ ਸਰ ਹਾਂਜੀ ਜੀ ਮੇਰਾ ਨਾਂ ਹਰਕੀਰਤ ਸਿੰਘ ਹੈ ਜੀ ਮੇਰਾ ਪਿੰਡ ਤਖਤ ਮਲਾਣਾ ਸਾਡੀ ਜੀ ਆੜਤ ਹੈਗੀ ਮੰਡੀ ਬਰੀ ਵਾਲੇ ਉੱਥੋਂ ਦਾ ਇੱਕ ਆੜਤੀ ਆ ਤਰਲੋਕ ਉਹਨੇ ਉਹਦੇ ਸ਼ੈਲਰ 'ਚ ਸਾਡੀ ਕਣਕ ਤੋਲੀ ਗਈ ਆ ਸਾਨੂੰ ਪਤਾ ਲੱਗਿਆ ਸੀ ਕਿ ਪਿੰਡ ਦੇ ਹੋਰ ਬੰਦਿਆਂ ਦੀ ਵੱਧ ਤੁਲੀ ਹੈ ਕਣਕ ਇਸੇ ਕਰਕੇ ਅਸੀਂ ਆਪਦਾ ਕੰਪਿਊਟਰ ਕੰਡਾ ਘਰੋਂ ਲਿਜਾ ਕੇ ਸਾਡੇ ਗੱਟੇ ਤੋਲੇ ਵੀ ਸੀ ਅਸੀਂ ਜਾ ਕੇ ਤੋਲੇ ਜਦੋਂ ਜਾ ਕੇ ਤੋਲੇ ਤਾਂ ਹਰੇਕ ਗੱਟੇ ਮਗਰ ਤਕਰੀਬਨ 600 ਗ੍ਰਾਮ ਤਾਂ ਵੱਧ ਹੈ ਹੀ ਹੈ ਕਿਸੇ 400 ਵੀ ਹੈ ਕਿਸੇ 600 ਹੈ ਕਿਸੇ 400 ਹੈ ਤਕਰੀਬਨ ਵੱਧ ਹੀ ਹਰੇਕ ਗੱਟਾ ਕੋਈ ਇੱਕ ਗੱਟਾ ਵੀ ਨਹੀਂ ਘਟਿਆ ਵੀ ਕੁੱਲ ਮਿਲਾ ਕੇ 10-12 ਕੁਇੰਟਲ ਕਣਕ ਵੱਧ ਤੁਲ ਗਈ ਹੈ ਅਤੇ 20-22 ਹਜ਼ਾਰ ਦਾ ਨੁਕਸਾਨ ਹੋਇਆ ਜੀ ਸਾਨੂੰ ਜੀ 20-21 ਸਾਲ ਹੋ ਗਏ ਸਾੜਤੀ ਨਾ ਆਏ ਸਾਲ ਸਾਡਾ ਝੋਨਾ ਵੀ ਅਤੇ ਕਣਕ ਵੀ ਘੱਟੋ ਘੱਟ ਜੀ 60-70 ਹਜ਼ਾਰ ਦਾ ਨੁਕਸਾਨ ਹੁੰਦਾ ਹਰੇਕ ਸਾਲ ਦਾ ਜੀ ਸਾਡਾ ਤਾਂ ਸਿਰਫ 70 ਹਜ਼ਾਰ ਦਾ ਹੁੰਦਾ ਅਤੇ ਪਿੰਡ 'ਚ ਹੋਰ ਵੀ ਜ਼ਿਮੀਂਦਾਰ ਆ ਕਈਆਂ ਦਾ ਇਹ ਤੋਂ ਵੱਧ ਵੀ ਹੁੰਦਾ ਜ਼ਿਆਦਾ ਫਸਲ ਵੇਚਦੇ ਆ ਅਤੇ ਸਾਨੂੰ 21 ਸਾਲ ਹੋ ਗਏ ਤੁਸੀਂ ਆਪ ਲਾ ਲਓ ਕਿੰਨਾ ਨੁਕਸਾਨ ਹੋਇਆ ਸਾਡਾ ਸਾਡੀ ਤਾਂ ਇਹੀ ਮੰਗ ਆ ਜੀ ਸਾਡਾ ਬਣਦਾ ਹੱਕ ਦਵਾਇਆ ਜਾਵੇ ਅਤੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਜੋ ਵੀ ਇਹਨਾਂ ਨੂੰ ਬਣਦੀ ਸਜ਼ਾ ਮਿਲੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਬੜੇ ਆਰਾਮ ਨਾਲ ਇਹ ਕਹਿ ਦਿੱਤਾ ਕਿ ਸਾਰਾ ਮਾਮਲਾ ਖਤਮ ਹੋ ਚੁੱਕਾ ਹੈ ਤੇ ਕਣਕ ਤੋਲਣ ਵਾਲਿਆਂ ਨੂੰ 1000 ਰੁਪਏ ਜੁਰਮਾਨਾ ਕਰਨ ਦੀ ਗੱਲ ਕਹਿ ਕੇ ਭੱਲਾ ਝਾੜ ਲਿਆ ਕਣਕ ਦੀ ਜਿਨਸ ਨੂੰ ਜੋ ਹੈ ਵੱਧ ਤੋਲਿਆ ਜਾ ਰਿਹਾ ਸੀ ਕੀ ਇਹ ਮਾਮਲਾ ਵਿਭਾਗ ਦੇ ਧਿਆਨ 'ਚ ਆ ਚੁੱਕਿਆ ਹੈ ਜੀ ਹਾਂ ਇਹ ਮੇਰੇ ਧਿਆਨ 'ਚ ਆ ਗਿਆ ਸੀਗਾ ਮਾਮਲਾ ਕਣਕ ਦੇ ਵੱਧ ਤੋਲ ਸੰਬੰਧੀ ਮੈਂ ਅਗਲੇ ਦਿਨ ਜਾ ਕੇ ਉੱਥੇ ਸਾਰਾ ਸ਼ੈਲਰ ਚੈੱਕ ਕਰਕੇ ਉਹਨਾਂ ਦਾ ਜੋ ਚੈੱਕ ਕਰਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਤੋਲ ਤਕਰੀਬਨ ਸਹੀ ਹੈ ਜੀ ਪਰ ਫਿਰ ਵੀ ਜਿਹੜੀ ਜ਼ਿਮੀਂਦਾਰ ਦੀ ਸ਼ਿਕਾਇਤ ਸੀਗੀ ਉਹਨੇ ਜਿੰਨਾ ਤੋਲ ਪਹਿਲਾਂ ਵੱਧ ਸੀਗਾ ਉਹਦਾ ਉੰਨੀ ਉਹਨੂੰ ਕਣਕ ਦਵਾ ਦਿੱਤੀ ਅਤੇ ਉਹਨੂੰ ਦੋਵਾਂ ਦੌਰਾਨ ਬਿਠਾ ਕੇ ਉਹਨੂੰ ਟੁੱਟਾ ਕੱਟਾ ਜਿੰਨਾ ਜੁਰਮਾਨਾ ਬਣਦਾ ਸੀ ਸਾਡਾ ਮੰਡੀ ਬੋਰਡ ਦਾ ਉਹ ਫਰਮ ਨੂੰ ਉਹਨਾਂ ਜੁਰਮਾਨਾ ਲਾਤਾ ਨਾਲ ਤੋਲੇ ਨੂੰ ਲਾਤਾ 1000 ਰੁਪਈਆ ਪਰ ਸਵਾਲ ਤਾਂ ਇੱਥੇ ਇਹ ਖੜਾ ਹੁੰਦਾ ਹੈ ਕਿ
ਲੱਖਾਂ ਦੀ ਧੋਖਾਧੜੀ ਕਰਨ ਵਾਲੇ ਇਹਨਾਂ